ਸ਼੍ਰੀਕਾਲ ਦੋਸਤੋ ਪੰਜਾਬ ਵੈਦਰ ਨਿਊਜ਼ YouTube ਚੈਨਲ ਤੇ ਸਵਾਗਤ ਹੈ ਪੰਜਾਬ ਦੀਆਂ ਤਾਜ਼ਾ ਖਬਰਾਂ ਤੁਹਾਡੇ ਰੂਬਰੂ ਕਰਾਂਗੇ ਸੋ ਵੀਡੀਓ ਦੇ ਵਿੱਚ ਅੰਤ ਤੱਕ ਬਨੇ ਰਹਿਣਾ ਪੰਜਾਬੀ ਖਬਰਾਂ ਦੇ ਇਸ ਤਾਜ਼ਾ ਬੁਲੇਟਨ ਦੇ ਵਿੱਚ ਪੰਜਾਬ ਦੇ ਮੁੱਦਿਆਂ ਦੇ ਨਾਲ ਜੁੜੀ ਖਬਰ ਅਤੇ ਹੋਰ ਵੀ ਕਈ ਪੰਜਾਬ ਸਰਕਾਰ ਦੇ ਵੱਲੋਂ ਫੈਸਲੇ ਲਈ ਗਏ ਆ ਉਹਨਾਂ ਬਾਰੇ ਗੱਲਬਾਤ ਕੀਤੀ ਜਾਵੇਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤਾਂ ਕਿ ਖਬਰਾਂ ਦਾ ਹਰ ਰੋਜ਼ ਤਾਜ਼ਾ ਬੁਲੇਟਨ ਤੁਹਾਨੂੰ ਸਮੇਂ ਸਿਰ ਮਿਲਦਾ ਰਹੇ ਪਿੰਡਾਂ ਵਿੱਚੋਂ ਚੰਗੇ ਖਿਡਾਰੀ ਤਿਆਰ ਕੀਤੇ ਜਾਣ ਸੀਐਮ ਭਗਵੰਤ ਮਾਨ ਦਾ ਅਧਿਕਾਰੀਆਂ ਨੂੰ ਹੁਕਮ ਪੰਜਾਬ ਦੇ ਵਿੱਚ ਜਲਦ ਪੰਜਾਬ ਖੇਡ ਮੇਲਾ ਸ਼ੁਰੂ ਹੋਵੇਗਾ ਇਸ ਬਾਰੇ ਮੁੱਖ ਮੰਤਰੀ ਮਾਨ ਨੇ ਖੇਡ ਵਿਭਾਗ ਨਾਲ ਮੀਟਿੰਗ ਕੀਤੀ ਹੈ ਮੀਟਿੰਗ ਦੇ ਵਿੱਚ ਖੇਡ ਮੰਤਰੀ ਮੀਤ ਹੇਰ ਵੀ ਮੌਜੂਦ ਰਹੇ ਇਸ ਮੀਟਿੰਗ ਦੇ ਵਿੱਚ ਪਿੰਡਾਂ ਨੂੰ ਖੇਡਾਂ ਨਾਲ ਜੋੜਨ ਬਾਰੇ ਚਰਚਾ ਕੀਤੀ ਗਈ ਹੈ ਮੀਟਿੰਗ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਖੇਡ ਮੇਲਾ ਵੱਡੇ ਪੱਧਰ ਤੇ ਮਨਾਇਆ ਜਾਵੇਗਾ ਉਨ੍ਹਾਂ ਨੇ ਵਿਭਾਗ ਦੇ ਅਫਸਰਾਂ ਨੂੰ ਤਿਆਰੀਆਂ ਦੇ ਹੁਕਮ ਦਿੱਤੇ ਹੈ ਉਨ੍ਹਾਂ ਕਿਹਾ ਕਿ ਹਰ ਪਿੰਡ ਤੱਕ ਖੇਡਾਂ ਨੂੰ ਪਹੁੰਚਾਇਆ ਜਾਵੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡਾ ਕਦਮ ਪੰਜਾਬ ਖੇਡ ਜਗਤ ਦੇ ਨਾਲ ਜੁੜਿਆ ਹੋਇਆ ਚੁੱਕਣ ਜਾ ਰਹੀ ਹੈ ਆਮ ਵਾਂਗ ਮੀਟਿੰਗਾਂ ਕਰਨ ਲੱਗੇ ਜ਼ਮਾਨਤ ਉੱਤੇ ਆਏ ਵਿਜੇ ਸਿੰਘ ਲਾ ਕਾਂਗਰਸ ਨੇ ਸੀਐਮ ਤੋਂ ਮੰਗੇ ਜਵਾਬ ਹੁਣ ਉਹ ਇਮਾਨਦਾਰ ਜਾਂ ਭ੍ਰਿਸ਼ਟ ਭ੍ਰਸ਼ਟਾਚਾਰ ਦੇ ਮਾਮਲੇ ਦੇ ਵਿੱਚ ਜੇਲ੍ਹ ਵਿੱਚੋਂ ਜ਼ਮਾਨਤ ਉੱਪਰ ਆਏ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਘਲਾ ਵੱਲੋਂ ਮੀਟਿੰਗਾਂ ਵਿੱਚ ਸ਼ਾਮਲ ਹੋਣ ਦੇ ਮਸਲੇ ਤੇ ਸਿਆਸੀ ਕਮਾਸਣ ਮੱਚ ਗਿਆ ਹੈ। ਦਰਅਸਲ ਸਿੰਘਲਾ ਵੱਲੋਂ ਟਵੀਟ ਕਰਕੇ ਸਿਵਲ ਦਰਅਸਲ ਸਿੰਘਲਾ ਵੱਲੋਂ ਟਵੀਟ ਕਰਕੇ ਸਿਵਲ ਸਕੱਤਰੇ ਚ ਕੀਤੀ ਸਰਕਾਰੀ ਮੀਟਿੰਗ ਦੀ ਤਸਵੀਰ ਪੋਸਟ ਕੀਤੀ ਗਈ ਹੈ ਜਿਸ ਤੋਂ ਬਾਅਦ ਕਾਂਗਰਸ ਹਮਲਾਵਰ ਹੋ ਗਈ ਹੈ। ਸੁਖਪਾਲ ਖਹਿਰਾ ਨੇ ਸੀਐਮ ਭਗਵੰਤ ਮਾਨ ਤੇ ਹਮਲਾ ਬੋਲਿਆ ਤੇ ਆਪ ਸਰਕਾਰ ਦੇ ਉੱਤੇ ਸਵਾਲ ਚੁੱਕੇ ਐ ਇਸ ਵੇਲੇ ਤੇ ਇਹ ਵੱਡੇ ਸਵਾਲ ਕਾਂਗਰਸ ਸਰਕਾਰ ਦੇ ਵੱਲੋਂ ਉਹਨਾਂ ਦੇ ਉੱਤੇ ਚੁੱਕੇ ਜਾ ਰਹੇ ਹਨ ਖੰਨਾ ਦੇ ਵਿੱਚ ਵਿਦਿਆਰਥੀ ਦੇ ਚਿਹਰੇ ਤੇ ਜ਼ਖਲਨ ਦੀ ਸ਼ਿਕਾਇਤ ਦੂ ਪ੍ਰਾਈਵੇਟ ਸਕੂਲ ਤਿੰਨ ਦਿਨਾਂ ਲਈ ਬੰਦ ਕੀਤੇ ਮونکی ਪੌਕਸ ਦੇ ਖਤਰੇ ਦੇ ਮੱਦੇਨਜ਼ਰ ਸਕੂਲ ਸੰਚਾਲਕ ਕਿਸੇ ਵੀ ਤਰ੍ਹਾਂ ਦਾ ਖਤਰਾ ਚੁੱਕਣ ਲਈ ਤਿਆਰ ਨਹੀਂ ਹਨ ਕੰਨਾਂ ਦੇ ਦੋ ਪ੍ਰਾਈਵੇਟ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੇ ਚਿਹਰੇ ਤੇ ਜਲਨ ਹੋਣ ਦੀ ਸ਼ਿਕਾਇਤ ਸਾਹਮਣੇ ਆਈ ਹੈ ਇਸ ਤੋਂ ਬਾਅਦ ਸਕੂਲ ਤਿੰਨ ਦਿਨਾਂ ਲਈ ਬੰਦ ਕਰ ਦਿੱਤੇ ਗਏ ਹੁਣ ਇਹਨਾਂ ਸਕੂਲਾਂ ਦੇ ਵਿੱਚ ਆਨਲਾਈਨ ਸਿੱਖਿਆ ਕਰਵਾਈ ਜਾਵੇਗੀ ਦੱਸਿਆ ਜਾ ਰਿਹਾ ਹੈ ਕਿ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਹੀ ਇੱਕ ਸਕੂਲ ਬੰਦ ਕਰ ਦਿੱਤਾ ਸੀ ਬੱਚੇ ਦੇ ਵਿੱਚ ਮੰਕੀ ਬਾਕਸੇ ਕੋਈ ਲੱਛਣ ਨਹੀਂ ਹੜਕੰਪ ਮੱਚਿਆ ਹੋਇਆ ਇਤਿਹਾਸ ਬੱਚੋਂ ਖਾਸ ਤੌਰ ਤੇ ਮਾਮਲਾ ਇਸ ਤਰ੍ਹਾਂ ਦਾ ਕਿ ਪਹਿਲਾਂ ਵੀ ਇਸੇ ਤਰ੍ਹਾਂ ਇਤਿਹਾਸ ਰਿਹਾ ਇਸ ਦੇ ਮੱਝੇ ਜਿਹੜਾ ਮੱਦੇ ਨਜ਼ਰ ਇਤਿਆਤ ਵਰਤਨ ਲਈ ਸਕੂਲਾਂ ਨੂੰ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ ਬੀਐਸਐਫ ਨੇ ਪੰਜਾਬ ਸਰਦ ਤੇ ਗੈਰ ਕਾਨੂੰਨੀ ਮਾਈਨਿੰਗ ਨੂੰ ਸੁਰੱਖਿਆ ਲਈ ਖਤਰਾ ਦੱਸਿਆ ਹਾਈ ਕੋਰਟ ਦੇ ਵਿੱਚ ਪੇਸ਼ ਕੀਤੀ ਹੈ ਰਿਪੋਰਟ ਸੀਮਾ ਸੁਰੱਖਿਆ ਬਲ ਨੇ ਪੰਜਾਬ ਸਰਦ ਤੇ ਹੋਰ ਹੀ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਰਿਪੋਰਟ ਪੇਸ਼ ਕੀਤੀ ਹੈ ਜੈਸੇ ਅੰਤਰਰਾਸ਼ਟਰੀ ਸਰਾਧ ਦੇ ਮਾਈਨਿੰਗ ਨੂੰ ਵੱਡਾ ਖਤਰਾ ਦੱਸਿਆ ਗਿਆ ਬੀਐਸਐਫ ਨੇ ਕਿਹਾ ਕਿ ਮਾਈਨਿੰਗ ਸੂਰਜ ਚੜਨ ਤੋਂ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਤੇ ਦੇਰ ਰਾਤ ਤੱਕ ਚੱਲਦੀ ਹੈ ਕਈ ਵਾਰੀ ਸਾਰੀ ਰਾਤ ਚੱਲਦੀ ਹੈ ਬੀਐਸਐਫ ਦਾ ਕਹਿਣਾ ਹੈ ਕਿ ਗੈਰਕਾਨੂੰਨੀ ਮਾਈਨਿੰਗ ਵਿੱਚ ਸੈਂਕੜੇ ਮਜ਼ਦੂਰ ਕੰਮ ਕਰਦੇ ਹਨ ਜਿਨ੍ਹਾਂ ਦੀ ਪਛਾਣ ਵੀ ਚਿੰਤਾ ਦਾ ਵਿਸ਼ਾ ਹੈ ਪਿਛਲੇ ਕੁਝ ਸਮੇਂ ਵਿੱਚ ਪਾਕਿਸਤਾਨ ਤੋਂ ਕਈ ਡਰੋਨ ਕੁਇਸਪੈਟ ਹੋਈ ਹਨ ਜਿੱਥੇ ਪਬੰਦੀ ਸ਼ੁਦਾ ਪਦਾਰਥਾਂ ਅਤੇ ਹਥਿਆਰਾਂ ਅਤੇ ਗੋਲਾਵਰੂਧੀ ਤਸਕਰੀ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਇਸ ਲਈ ਕੁਮੰਤਰੀ ਸਰਦਤ ਇਹ ਸੁਰੱਖਿਆ ਦਾ ਇੱਕ ਵੱਡਾ ਖਤਰਾ ਬਣਿਆ ਹੋਇਆ ਹੈ ਆਪ ਆਗੂ ਨੇ ਆਪ ਦੇ ਹੀ ਵਿਧਾਇਕ ਦੇ ਪੀ ਉੱਤੇ ਰਿਸ਼ਵਤ ਮੰਗਣ ਦੇ ਦੋਸ਼ ਲਗਾਏ ਹਨ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਵਪਾਰ ਮੰਡਲ ਦੇ ਸਯੁਕਤ ਸਕੱਤਰ ਵਿਕਰਮਤਾ ਬੰਨੇ ਆਪਣੀ ਹੀ ਪਾਰਟੀ ਦੇ ਵਿਧਾਇਕ ਦੇ ਪੀਏ ਉਤੇਜ ਚੌਂਕੀ ਇੰਚਾਰਜ ਤੋਂ ਰਿਸ਼ਵਤ ਮੰਗਣ ਦੇ ਦੋਸ਼ ਲਗਾਏ ਗਏ ਹਨ ਉਹਨਾਂ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ਤੇ ਸ਼ਿਕਾਇਤ ਕੀਤੀ ਵਿਕਰਮਤਾ ਵਾਣਾ ਵਾਸੀ ਵਾਰਡ ਨੰਬਰ 4 ਬਲਟਾਣਾ ਨੇ ਦੋਸ਼ ਲਗਾਇਆ ਕਿ ਜਦੋਂ ਬਰਮਾ ਸਿੰਘ ਬਲਟਾਣਾ ਚੌਂਕੀ ਇੰਚਾਰਜ ਸੀ ਤਾਂ ਉਹਨਾਂ ਦਾ ਇੱਕ ਕੇਸ ਥਾਣੇ ਵਿੱਚ ਚੱਲ ਰਿਹਾ ਸੀ ਇਸ ਦੌਰਾਨ ਬਰਮਾ ਸਿੰਘ ਦੀ ਅਚਾਨਕ ਚੌਂਕੀ ਇੰਚਾਰਜ ਤੋਂ ਹਟਾ ਕੇ ਜ਼ੇਰ ਕਪੂਰ ਥਾਣੇ ਦੇ ਵਿੱਚ ਬਦਲੀ ਕਰ ਦਿੱਤੀ ਗਈ ਜਦੋਂ ਵਿਕਰਮ ਨੇ ਬਰਮਾ ਸਿੰਘ ਨੂੰ ਆਪਣੇ ਕੇਸ ਦੀ ਜਾਣਕਾਰੀ ਲੈਣ ਸੰਬੰਧੀ ਫੋਨ ਕੀਤਾ ਤਾਂ ਉਹਨਾਂ ਮਾਮਲੇ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਹਨਾਂ ਨੇ ਹੀ ਪਾਰਟੀ ਦੇ ਵਿਧਾਇਕ ਕੁਲਜੀਤ ਸਿੰਘ ਰੰਦਾਵਾ ਦੇ ਪੀਏ ਨਿਤਿਨ ਲੂਥਰਾ ਨੇ 1 ਲੱਖ ਰੁਪਏ ਦੀ ਮੰਗ ਕੀਤੀ ਹੈ ਜਦੋਂ ਉਸਨੂੰ ਪੈਸੇ ਨਾ ਦੇ ਸਕੇ ਤਾਂ ਉਸ ਦਾ ਤਬਾਦਲਾ ਕਰ ਦਿੱਤਾ ਗਿਆ ਵਿਕਰਮ ਨੇ ਕਿਹਾ ਕਿ ਇਸ ਵੀਡੀਓ ਦੀ ਰਿਕਾਰਡਿੰਗ ਉਸ ਕੋਲ ਮੌਜੂਦ ਹੈ ਜੋ ਉਸਨੇ ਸਬੂਤ ਵਜੋਂ ਆਪਣੀ ਸ਼ਿਕਾਇਤ ਦੇ ਨਾਲ ਮੁੱਖ ਮੰਤਰੀ ਮਾਨ ਨੂੰ ਭੇਜੀ ਹੈ ਰਾਸ਼ਟ੍ਰ ਮੰਡਲ ਖੇਡਾਂ ਦੇ ਵਿੱਚ ਕਾਂਸੀ ਤਗਮਾ ਜਿੱਤਣ ਵਾਲੇ ਗੁਰਦੀਪ ਸਿੰਘ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ ਆਇਆ ਹੈ ਬਰਮਿੰਗਮ ਵਿੱਚ ਚੱਲ ਰਹੀਆਂ ਰਾਸ਼ਟ੍ਰ ਮੰਡਲ ਖੇਡਾਂ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੀ weightlifter ਗੁਰਦੀਪ ਸਿੰਘ ਨੂੰ ਪੰਜਾਬ ਸਰਕਾਰ 40 ਲੱਖ ਰੁਪਏ ਦੇ ਨਾਮ ਵਜੋਂ ਦੇਵੇਗੀ ਭਗਵੰਤਮਾਨ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਖੰਨਾ ਨੇੜਲੇ ਪਿੰਡ ਦੇ ਗੁਰਦੀਪ ਸਿੰਘ ਨੂੰ ਰਾਸ਼ਟ੍ਰ ਮੰਡਲ ਖੇਡਾਂ ਦੌਰਾਨ weightlifting ਦੇ 109 ਕਿਲੋਗ੍ਰam ਭਾਰ ਵਰਗ ਦੇ ਵਿੱਚ ਕਾਂਸੀ ਦਾ ਤਮਗਾ ਜਿੱਤਣ ਤੇ ਵਧਾਈਆਂ ਪੰਜਾਬ ਸਰਕਾਰ ਵੱਲੋਂ 40 ਲੱਖ ਰੁਪਏ ਦਾ ਇਨਾਮ ਗੁਰਦੀਪ ਸਿੰਘ ਨੂੰ ਦਿੱਤਾ ਜਾਵੇਗਾ ਨਾਲ ਹੀ ਉਹਨਾਂ ਨੂੰ ਵਧਾਈਆਂ ਦਿੱਤੀਆਂ ਅਤੇ ਸ਼ੁਭ ਕਾਮਨਾਵਾਂ ਵੀ ਭਗਵੰਤਾਨ ਸਰਕਾਰ ਦੇ ਵੱਲੋਂ ਦਿੱਤੀਆਂ ਗਈਆਂ ਕੈਨੇਡਾ ਦੇ ਵਿੱਚ 2000 ਪ੍ਰਵਾਸੀ ਹੋਣਗੇ ਪੱਕੇ ਕੈਨੇਡਾ ਦੇ ਵਿੱਚ 2000 ਨਵੇਂ ਪ੍ਰਵਾਸੀ ਪੱਕੇ ਹੋਣਗੇ ਜਿਨ੍ਹਾਂ ਨੂੰ ਐਕਸਪ੍ਰੈਸ ਐਂਟਰੀ ਡਰਾਅ ਤਹਿਤ ਪੀਆਰ ਲਈ ਸੱਦਾ ਭੇਜ ਦਿੱਤਾ ਗਿਆ ਹਨਰਮੰਦ ਪ੍ਰਵਾਸੀਆਂ ਲਈ ਕੈਨੇਡਾ ਦੇ ਪ੍ਰਸਿੱਧ ਇਮੀਗ੍ਰੇਸ਼ਨ ਮਾਰਗਾਂ ਵਿੱਚੋਂ ਇੱਕ ਮੰਨੇ ਜਾਂਦੇ ਐਕਸਪ੍ਰੈਸ ਐਂਟਰੀ ਰਾਹੀਂ ਉਹਨਾਂ ਨੂੰ ਪ੍ਰਵਾਸੀਆਂ ਨੂੰ ਸੱਦਾ ਪੱਤਰ ਭੇਜੇ ਗਏ ਹੈ ਜਿਨ੍ਹਾਂ ਦਾ CRS ਸਕੋਰ ਲਗਭਗ 533 ਬਣਦਾ ਹੈ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਟਲੀ 2000 ਪ੍ਰਵਾਸੀਆਂ ਨੂੰ ਹੀ ਸੱਦਾ ਪੱਤਰ ਭੇਜੇ ਗਏ ਹੈ ਜਿਨ੍ਹਾਂ ਦਾ CRS ਭਾਵ ਕੌਪਰੀਹੈਂਸਿਵ ਰੈਂਕਿੰਗ ਸਿਸਟਮ ਸਕੋਰ ਲਗਭਗ 533 ਹੈ ਕੇਂਦਰ ਸਰਕਾਰ ਨੇ ਵੱਖ-ਵੱਖ ਵਿਭਾਗਾਂ ਦੇ ਵਿੱਚ ਨੌਕਰੀਆਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਉਮੀਦਵਾਰ 14 ਅਗਸਤ ਤੱਕ ਅਪਲਾਈ ਕਰ ਸਕਦੇ ਐ ਕੇਂਦਰ ਸਰਕਾਰ ਨੇ ਵੱਖ-ਵੱਖ ਛੇ ਵਿਭਾਗਾਂ ਨੇ ਚੱਲ ਰਹੀ ਭਰਤੀ ਲਈ ਨਵੀਆਂ ਨੌਕਰੀਆਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਸਟਾਫ ਸਿਲੈਕਸ਼ਨ ਕਮਿਸ਼ਨ ਬਾਰਡਰ ਸਕਿਉਰਿਟੀ ਫੋਰਸ ਨਬਾਰ ਪੀਜੀਸੀਆਈਐਲ ਅਤੇ ਐਚਏਐਲ ਨੇ 10ਵੀਂ ਜਮਾਤ ਤੋਂ ਲੈ ਕੇ ਗ੍ਰੈਜੂਏਟ ਉਮੀਦਵਾਰਾਂ ਲਈ 14 ਅਗਸਤ ਤੋਂ ਪਹਿਲਾਂ ਉਪਲਬਧ ਸਮੇਂ 'ਤੇ ਅਪਲਾਈ ਕਰ ਸਕਦੇ ਐ ਭਾਰਤੀ ਫੌਜ ਦੇ ਵਿੱਚ ਸਾਮੇ ਨਿਕਲੀਆਂ ਹੋਈਆਂ ਇਸ ਤੋਂ ਇਲਾਵਾ ਹਿੰਦੁਸਤਾਨ 에ਰੋਨੌਟਿਕਸ ਲਿਮਟਿਡ ਸੀਮਾ ਸੁਰੱਖਿਆ ਬਲ ਪਾਵਰ ਗ੍ਰਿਡ ਕਾਰਪੋਰੇਸ਼ਨ ਲਿਮਟਿਡ ਆਫ ਇੰਡੀਆ ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਵੈਲਪਮੈਂਟ ਤੇ ਚੋਣ ਕਮਿਸ਼ਨ ਦੇ ਵਿੱਚ ਅਲੱਗ-ਅਲੱਗ ਵਿਭਾਗਾਂ ਦੇ ਵਿੱਚ ਨੌਕਰੀਆਂ ਨਿਕਲੀਆਂ ਹੋਈਆਂ ਜਿਨ੍ਹਾਂ ਲਈ ਜਿਹੜੇ ਵੀ ਉਮੀਦਵਾਰ ਆ ਉਹ ਅਪਲਾਈ ਕਰ ਸਕਦੇ ਹਨ ਬਿੱਲ ਮੁਆਫੀ ਨੂੰ ਲੈ ਕੇ ਉਮੀਦਾਂ ਦੇ ਪਾਣੀ ਫਿਰਿਆ ਹੈ ਜ਼ਿਆਦਾਤਰ ਖਪਤਕਾਰਾਂ ਨੂੰ ਨਹੀਂ ਮਿਲ ਸਕੇਗਾ ਲਾਭ ਪੰਜਾਬ ਸਰਕਾਰ ਵੱਲੋਂ 31 ਦਸੰਬਰ 2021 ਤੱਕ ਦੇ ਬਿੱਲ ਮੁਆਫ ਕਰਨ ਦਾ ਜੋ ਐਲਾਨ ਕੀਤਾ ਗਿਆ ਸੀ ਉਸ ਦਾ ਸਰਕੂਲਰ ਜਾਰੀ ਕਰ ਦਿੱਤਾ ਗਿਆ ਇਸ ਵਿੱਚ ਕਈ ਤਰ੍ਹਾਂ ਦੇ ਨਵੇਂ ਨਿਯਮ ਦੱਸੇ ਗਏ ਹਨ ਜਿਸ ਤੋਂ ਅਜਿਹਾ ਪ੍ਰਤੀਤ ਹੋ ਰਿਹਾ ਹੈ ਕਿ ਬਿੱਲ ਮੁਆਫੀ ਦਾ ਲਾਭ ਜ਼ਿਆਦਾਤਰ ਖਪਤਕਾਰਾਂ ਨੂੰ ਸੰਭਵ ਨਹੀਂ ਹੈ ਇਸ ਦਾ ਮੁੱਖ ਕਾਰਨ ਇਹ ਹੈ ਕਿ 30 ਜੂਨ ਤੱਕ ਖਪਤਕਾਰਾਂ ਨੇ ਜਿਨ੍ਹਾਂ ਨੇ ਵੀ ਬਿੱਲ ਅਦਾ ਕੀਤਾ ਉਸ ਦੀ 31 ਦਸੰਬਰ ਤੱਕ ਦੇ ਬਿੱਲਾਂ ਵਿੱਚੋਂ ਕਟੌਤੀ ਕੀਤੀ ਜਾਵੇਗੀ ਅਤੇ 1 ਜਨਵਰੀ ਤੋਂ ਜੋ ਬਿੱਲ ਬਣੇ ਹਨ ਉਹ ਬਕਾਇਆ ਵਾਲੇ ਕਾਲਮ ਦੇ ਵਿੱਚ ਆ ਜਾਣਗੇ ਇਸ ਨੂੰ ਲੈ ਕੇ ਲੋਕਾਂ ਦੀਆਂ ਉਮੀਦਾਂ ਤੇ ਪਾਣੀ ਫਿਰ ਗਿਆ ਹੈ ਇਸ ਦਾ ਲਾਭ ਸਿਰਫ ਉਹਨਾਂ ਉਤਕਰਾਂ ਨੂੰ ਮਿਲੇ ਸਕੇਗਾ ਜਿਨ੍ਹਾਂ ਨੇ 31 ਦਸੰਬਰ ਤੋਂ ਲੈ ਕੇ 30 ਜੂਨ ਤੱਕ ਬਿੱਲ ਦਾ ਕੋਈ ਵੀ ਭੁਗਤਾਨ ਨਹੀਂ ਕੀਤਾ ਸਰਕਾਰ ਨੇ ਬਿੱਲ ਮੁਆਫੀ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਇਸ ਤੋਂ ਅਜਿਹਾ ਪ੍ਰਤੀਤ ਹੋ ਰਿਹਾ ਹੈ ਕਿ 31 ਦਸੰਬਰ ਤੱਕ ਦੇ ਬਿੱਲਾਂ ਦੀ ਮਾਫੀ ਦਾ ਲਾਭ ਜ਼ਿਆਦਾਤਰ ਲੋਕਾਂ ਨੂੰ ਨਹੀਂ ਮਿਲ ਸਕੇਗਾ ਮੁੱਖ ਮੰਤਰੀ ਨੇ ਸੱਦੀਏ ਸਿਹਤ ਵਿਭਾਗ ਦੀ ਮੀਟਿੰਗ ਡੈਂਗੂ ਮਲੇਰੀਆ ਤੇ ਕਰੋਨਾ ਨੂੰ ਲੈ ਕੇ ਸਮੀਖਿਆ ਦੀ ਮੀਟਿੰਗ ਹੋਈ ਹੈ ਸਿਹਤ ਮੰਤਰੀ ਚੇਤਨ ਸਿੰਘ ਜੋੜ ਮਾਜਰਾ ਵੀ ਮੌਜੂਦ ਰਹੇ ਵਿਭਾਗ ਨੂੰ ਮੁੱਖ ਮੰਤਰੀ ਨੇ ਹੁਕਮ ਦਿੱਤੇ ਡੈਂਗੂ ਅਤੇ ਮਲੇਰੀਆ ਲਈ ਤਿਆਰ ਰਹਿਣ ਲਈ ਵੀ ਕਿਹਾ ਇੱਕ ਮੀਟਿੰਗ ਸਿਹਤ ਵਿਭਾਗ ਦੇ ਨਾਲ ਰੱਖੀ ਗਈ ਹੈ ਤਾਂ ਕਿ ਪੰਜਾਬ ਦੇ ਵਿੱਚ ਬਿਮਾਰੀਆਂ ਨੂੰ ਜਿਹੜਾ ਹੈ ਵਧਣ ਤੋਂ ਰੋਕਿਆ ਜਾ ਸਕੇ ਤੇ ਅਲੱਗ-ਅਲੱਗ ਮਲੇਰੀਆ ਦੇ ਅਜਿਹੇ ਡੈਂਗੂ ਅਤੇ ਮਲੇਰੀਆ ਦੇ ਜਿਹੜੇ ਹੈ ਰੋਗ ਉਹਨਾਂ ਨੂੰ ਰੋਕਿਆ ਜਾ ਸਕੇ ਅਗਲੀ ਖਬਰ ਕੇਂਦਰ ਸਰਕਾਰ ਦਾ ਦਾਵਾ ਪੰਜਾਬ ਦੀਆਂ ਲਗਭਗ 341656 ਪਿੰਡੂ ਔਰਤਾਂ ਨੇ ਲਿਆ ਸਕੀਮ ਦਾ ਲਾਹਾ 232665 ਔਰਤਾਂ ਅਨੁਸੂਚਿਤ ਜਾਤੀ ਤੋਂ ਕੇਂਦਰ ਸਰਕਾਰ ਨੇ ਦਾਵਾ ਕੀਤਾ ਕਿ 28 ਜੁਲਾਈ 2022 ਤੱਕ ਪੰਜਾਬ ਦੀਆਂ ਲਗਭਗ 341656 ਪਿੰਡੂ ਔਰਤਾਂ ਨੂੰ ਕੇਂਦਰ ਦੀ ਪ੍ਰਮੁੱਖ ਦੀਨदयाल अंत्योदय ਯੋਜਨਾ ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ ਦੇ ਅਧੀਨ ਕਵਰ ਦਿੱਤਾ ਗਿਆ પ્રશ્નકાલ ਦੌਰਾਨ ਆਪ ਦੇ ਪੰਜਾਬ ਰਾਜ ਸਭਾ ਮੈਂਬਰ ਅਸ਼ੋਕ ਕੁਮਾਰ ਮਿੱਤਲ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਕੇਂਦਰੀ ਜਿਹੜੇ ਪਿੰਡੂ ਵਿਕਾਸ ਮੰਤਰੀ ਹਨ ਗਿਰੀ ਰਾਜ ਸਿੰਘ ਨੇ ਸਦਨ ਨੂੰ ਦੱਸਿਆ ਕਿ ਪੰਜਾਬ ਵਿੱਚ ਲਾਹ ਪਾਤਰੀਆਂ ਵਿੱਚੋਂ 232665 ਔਰਤਾਂ ਸੂਚੀ ਜਾਤੀ ਨਾਲ ਬਿਲੋਂਗ ਕਰਦੀਆਂ। ਇਹ ਸਕੀਮ ਗਰੀਬ ਪਿੰਡੂ ਔਰਤਾਂ ਨੂੰ ਸਵੈ ਸਹਾਇਤਾ ਸਮੂਹ ਦੇ ਵਿੱਚ ਸੰਗਠਿਤ ਕਰਨ ਦੀ ਕੋਸ਼ਿਸ਼ ਹੈ। ਅਗਲੀ ਖਬਰ ਗੁਰਦਾਸਪੁਰ ਤੋਂ ਆ ਰਹੀ ਹੈ ਗੁਰਦਾਸਪੁਰ ਦੇ ਵਿੱਚ ਮਾਂ ਨੇ ਬੱਚਿਆਂ ਨੂੰ ਜ਼ਹਿਰ ਦਿੱਤਾ ਹੈ ਲੜਕੀ ਦੀ ਮੌਤ ਹੋਈ ਹੈ ਗੁਰਦਾਸਪੁਰ ਚ ਮਾਂ ਨੇ ਆਪਣੇ ਬੱਚਿਆਂ ਨੂੰ ਜ਼ਹਿਰ ਦੇ ਦਿੱਤਾ ਹੈ ਮਾਂ ਨੇ ਬੱਚਿਆਂ ਨੂੰ ਖਾਣੇ ਦੇ ਵਿੱਚ ਜ਼ਹਿਰ ਮਿਲਾ ਕੇ ਦਿੱਤਾ ਮਾਂ ਨੇ ਬੱਚਿਆਂ ਨਾਲ ਖੁਦ ਵੀ ਜ਼ਹਿਰੀਲੀ ਖਾਣਾ ਖਾਧਾ ਹੈ 13 ਸਾਲਾ ਲੜਕੀ ਦੀ ਮੌਤ ਹੋ ਗਈ ਹੈ ਮਾਂ ਤੇ ਬੇਟੇ ਦੀ ਹਾਲਤ ਗੰਭੀਰ ਬਣੀ ਹੋਈ ਹੈ ਮਾਮਲਾ ਗੁਰਦਾਸਪੁਰ ਦੇ ਪਿੰਡ ਤਰਪਾਲਾ ਦਾ ਹੈ ਕਰੇਲੂ ਕਲੇਸ਼ ਵਜ੍ਹਾ ਦੱਸੀ ਜਾ ਰਹੀ ਹੈ ਗੁਰਦਾਸਪੁਰ ਦੇ ਪਿੰਡ ਤਰਪਾਲਾ ਚ ਕਰੇਲੂ ਕਲੇਸ਼ ਦੇ ਕਾਰਨ ਔਰਤ ਗੋਵਿੰਦਰਜੀਤ ਕੌਰ ਨੇ ਆਪਣੇ ਦੋ ਬੱਚਿਆਂ 13 ਸਾਲਾਂ ਲੜਕੀ ਸੁਮਨ ਸੁਮਰੀਨ ਪ੍ਰੀਤਕੌਰ ਅਤੇ 10 ਸਾਲਾਂ ਪੁੱਤਰ ਨੂੰ ਖਾਣੇ ਦੇ ਵਿੱਚ ਜ਼ਹਿਰੀਲੀ ਚੀਜ਼ ਖਵਾ ਦਿੱਤੀ ਜਿਸ ਨਾਲ 13 ਸਾਲਾਂ ਲੜਕੀ ਦੀ ਮੌਤ ਹੋ ਗਈ ਹੈ ਜਦਕਿ ਮਾਂ ਪੁੱਤਰ ਅੰਮ੍ਰਿਤਸਰ ਦੇ ਕਨੀਜੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਦੱਸੇ ਜਾ ਰਹੇ ਹਨ ਅਗਲੀ ਖਬਰ ਪੁਲਿਸ ਵੱਲੋਂ 1.5 ਕਿਲੋ ਫੀਮ ਸਮੇਤ ਦੋ ਨਸ਼ਾ ਤਸਕਰ ਕਾਬੂ ਹੋਏ ਐ ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਕਪਤਾਨ ਪੁਲਿਸ ਮੋਗਾ ਤੇ ਰਾਜ ਸਿੰਘ ਦੀ ਹਦਾਇਤ ਅਨੁਸਾਰ ਇੰਸਪੈਕਟਰ ਤਰਲੋਚਨ ਸਿੰਘ ਇੰਚਾਰਜ ਸੀਆਈਏ ਸਟਾਫ ਬਗਾ ਪ੍ਰਾਣਾ ਵੱਲੋਂ ਜਵਾਹਰ ਸਿੰਘ ਵਾਲਾ ਵਿਖੇ ਮਾੜੇ ਅਨਸਰਾਂ ਦੀ ਤਲਾਸ਼ ਦੇ ਵਿੱਚ ਗਸ਼ਤ ਕੀਤੀ ਗਈ ਇਸ ਸਮੇਂ ਉਹਨਾਂ ਨੂੰ ਇੱਕ ਚਿੱਟੇ ਰੰਗ ਦੀ ਸਵਿਫਟ ਕਾਰ ਨੰਬਰ MP13CB739 ਜੋ ਜਵਾਰ ਸਿੰਘ ਵਾਲਾ ਪਿੰਡ ਵੱਲੋਂ ਆਉਂਦੀ ਦਿਖਾਈ ਦਿੱਤੀ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਮੋਗਾ ਗੁਰਲੀਨ ਸਿੰਘ ਰਾਣਾ ਨੇ ਦੱਸਿਆ ਕਿ ਨਾਕੇ ਦੇ ਬਿਲਕੁਲ ਨਜ਼ਦੀਕ ਆ ਕੇ ਕਾਰ ਚਾਲ ਖबरा ਗਿਆ ਉਸਨੇ ਗੱਡੀ ਰੋਕ ਕੇ ਇੱਕਦਮ ਪਿੱਛੇ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਪਰੰਤੂ ਲਿੰਕ ਰੋਡ ਦੇ ਹੋਣ ਕਰਕੇ ਗੱਡੀ ਨਹੀਂ ਮੋੜ ਸਕੀ ਅਤੇ ਬੰਦ ਹੋ ਗਈ ਜਿਸ ਨੂੰ ਮੌਕੇ ਤੇ ਕਾਬੂ ਕੀਤਾ ਗਿਆ 1.5 ਕਿਲੋ ਅਫੀਮ ਉਸ ਦੇ ਕੋਲੋਂ ਬਰਾਮਦ ਹੋਈ ਹੈ ਅਗਲੀ ਖਬਰ ਭਾਰਤੀ ਰੇਲਵੇ ਦੇ ਨਾਲ ਜੁੜੀ ਹੈ ਰੇਲਵੇ ਦਾ ਵੱਡਾ ਫੈਸਲਾ ਰੇਲਵੇ ਸਟੇਸ਼ਨਾਂ ਤੇ ਬੰਦ ਹੋਣਗੇ ਪੁੱਛ ਕੇ ਚਾਊਂਟਰ ਟ੍ਰੇਨ 'ਚ ਸਫ਼ਰ ਕਰਨ ਵਾਲੇ ਹਜ਼ਾਰਾਂ ਲੱਖਾਂ ਯਾਤਰੀਆਂ ਲਈ ਵੱਡੀ ਖ਼ਬਰ ਹੈ ਭਾਰਤੀ ਰੇਲਵੇ ਨੇ ਯਾਤਰੀਆਂ ਦੀਆਂ ਸਹੂਲਤਾਂ ਦੇ ਵਿੱਚ ਵੱਡੇ ਬਦਲਾਅ ਕਰਨ ਦੀ ਯੋਜਨਾ ਬਣਾਈ ਹੈ ਇਸ ਤਹਿਤ ਰੇਲਵੇ ਸਟੇਸ਼ਨ ਤੇ ਮੌਜੂਦ ਜਾਂਚ ਕੇਂਦਰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ ਪੁੱਛ ਕੇਚ ਕਾਊਂਟਰ ਦੀ ਥਾਂ ਸਹਿਯੋਗ ਕਾਊਂਟਰ ਖੋਲ੍ਹਣ ਦੀ ਯੋਜਨਾ ਬਣਾਈ ਗਈ ਹੈ ਭਾਰਤੀ ਰੇਲਵੇ ਨੇ ਇੱਕ ਛੱਤ ਹੇਠ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਨ ਦੀ ਯੋਜਨਾ ਦੇ ਤਹਿਤ ਢਾਂਚਾਗਤ ਬਦਲਾਅ ਕਰਨ ਦੀ ਜਿਹੜੀ ਹੈ ਪੁਸ਼ਟੀ ਕੀਤੀ ਹੈ ਅਗਲੀ ਖਬਰ ਹੈ ਕੇਂਦਰ ਸਰਕਾਰ ਦੀ ਐਸਸੀ ਚ ਦਲੀਲ ਮੁਫਤ ਵੰਡਣ ਦੀ ਸਿਆਸਤ ਜਾਰੀ ਰਹੀ ਤਾਂ ਢਹ ਢੇਰੀ ਹੋ ਜਾਏਗੀ ਆਰਥਿਕਤਾ ਕੇਂਦਰ ਸਰਕਾਰ ਨੇ ਸਿਆਸੀ ਪਾਰਟੀਆਂ ਦੀ ਮੁਫਤ ਵੰਡਣ ਦੀ ਸਿਆਸੀ ਵਿਰੋਧ ਦਾਇਰ ਜਨਹਿਤ ਪਟੀਸ਼ਨ ਦਾ ਸਮਰਥਨ ਕੀਤਾ ਹੈ ਕੇਂਦਰ ਸਰਕਾਰ ਵੱਲੋਂ ਪੇਸ਼ ਹੋਏ ਸਾਲਿਸਟਰ ਜਨਰਲ